5 ਸਾਲ ਹੋ ਗਏ, 5 ਸਾਲ ਤੋਂ ਪਾਣੀ ਗੰਦਾ ਹੀ ਆ ਰਿਹਾ ਹੈ। ਕਿੰਨੀ ਵਾਰ ਕੰਪਲੇਂਟ ਵੀ ਦਿੱਤੀ ਕਮੇਟੀ ਜਾ ਕੇ, ਅਸੀਂ ਕੋਈ ਨਹੀਂ ਕਾਰਵਾਈ ਕਰ ਰਹੇ ਹੈ। ਪਾਣੀ ਬਹੁਤ ਜ਼ਿਆਦਾ ਗੰਦਾ ਆ ਰਿਹਾ, ਸੀਵਰੇਜ ਦੇ ਵਿੱਚ ਮਿਕਸ ਹੋ ਕੇ ਆ ਰਿਹਾ ਵਾ। ਨਿਆਣੇ ਸਿਆਣੇ ਸਭ ਨਾਲ ਹੀ ਪ੍ਰੋਬਲਮ ਆ, ਪੇਟ ਖਰਾਬ ਆ, ਬੋਡੀ 'ਤੇ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਰਹੀ ਆ। ਤੁਹਾਡੇ ਸਾਹਮਣੇ ਹੀ ਆ, ਜਿਹੜੇ ਵੀ ਆ ਰਹੇ ਅਸੀਂ ਕਹਿੰਦੇ ਤੁਸੀਂ ਪੀ ਕੇ ਦੇਖੋ, ਤੁਹਾਨੂੰ ਪਤਾ ਲੱਗ ਜਾਊਗਾ। ਅਤੇ ਹੁਣ ਅਸੀਂ 'ਚ ਕੀ ਕਰੀਏ ਦੱਸੋ, ਉਹ ਪਾਣੀ ਇੰਨਾ ਕਿਉਂ ਗੰਦਾ ਆ ਰਿਹਾ, ਸਾਨੂੰ ਇਹੀ ਕਿਉਂ ਨਹੀਂ ਪਤਾ ਲੱਗਦਾ ਪਿਆ। ਅਸੀਂ 350 ਦੀ ਰੋਜ਼ ਡੇਲੀ ਬੋਟਲ ਲਿਆਉਂਦੇ ਹਾਂ, ਤਾਂ ਹੁਣ ਫਿਰ ਅਸੀਂ ਰੋਜ਼ ਡੇਲੀ ਲਿਆਉਂਦੇ ਹਾਂ, ਤਾਂ ਹੁਣ ਤੁਸੀਂ ਦੇਖ ਲਓ, ਪਾਣੀ ਸਹੀ ਕਰ ਦਿਓ ਪਲੀਜ਼। ਡੀਸੀ ਮੈਮ ਨੂੰ ਮੇਰੀ ਬਹੁਤ ਜ਼ਿਆਦਾ ਰਿਕੁਐਸਟ ਆ। ਦੇਖੋ ਜੇ ਇਹਨਾਂ ਨੇ ਪਾਣੀ ਨਹੀਂ ਸਹੀ ਕੀਤਾ ਤਾਂ ਸਾਡੀ ਗਲੀ ਵਾਲੇ ਸਿਰਫ ਇੱਕੋ ਆਪਸ਼ਨ ਰੱਖਦੇ ਆ, ਅਸੀਂ ਆਹ ਸਾਰਾ ਰੋਡ ਬੰਦ ਕਰ ਦੇਣਾ ਹੈ ਅਤੇ ਕਿਸੇ ਨੂੰ ਲੰਘਣ ਵੀ ਨਹੀਂ ਦੇਣਾ ਹੈ। ਜੇ ਮੈਨੂੰ ਇਨਫੈਕਸ਼ਨ ਹੋ ਰਹੀ ਹੈ, ਜੇ ਮੈਂ ਸਕੂਲੇ ਜਾ ਕੇ ਕਿਸੇ ਹੋਰ ਨਾਲ ਬੈਠੂੰਗੀ, ਉਹਨੂੰ ਵੀ ਇਨਫੈਕਸ਼ਨ ਹੋ ਸਕਦੀ ਹੈ। ਹੁਸ਼ਿਆਰਪੁਰ ਦੇ ਮੁਹੱਲਾ ਧੋਬੀਘਾਟ ਦੀ ਗਲੀ ਨੰਬਰ 4 ਵਿੱਚ ਆ ਰਹੇ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਦੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਗਏ ਸੀ। ਇਹਨਾਂ ਦਾਅਵਿਆਂ ਦੀ ਹਵਾ ਉਸ ਵੇਲੇ ਨਿਕਲਦੀ ਦਿਖਾਈ ਦਿੱਤੀ ਜਦੋਂ ਸਾਡੀ ਟੀਮ ਨੇ ਮੁਹੱਲਾ ਵਾਸੀਆਂ ਤੋਂ ਸੱਚ ਜਾਣਿਆ ਅਤੇ ਲੋਕਾਂ ਨੂੰ ਦੱਸਿਆ ਕਿ ਉਹਨਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਅਤੇ ਮੁਹੱਲੇ ਦੇ ਕਈ ਲੋਕ ਬਿਮਾਰ ਪਏ ਹਨ। ਪਤਾ ਨਹੀਂ ਕਾਰਪੋਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਕਿਹੜੇ ਦਾਅਵੇ ਕਰੀ ਜਾਂਦੇ ਨੇ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਅਪੀਲ ਹੈ ਕਿ ਉਹਨਾਂ ਦੀ ਸਮੱਸਿਆ ਦਾ ਹਾਸਾ ਨਾ ਬਣਾਇਆ ਜਾਵੇ ਅਤੇ ਇਸਦਾ ਛੇਤੀ ਤੋਂ ਛੇਤੀ ਹੱਲ ਕੱਢ ਕੇ ਰਾਹਤ ਦਿੱਤੀ ਜਾਵੇ। ਦਸ ਟੈਲੀ ਨਿਊਜ਼ ਲਈ ਗੁਰਜੀਤ ਸੋਨੂੰ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਗੋਪੀ ਦੀ ਰਿਪੋਰਟ। ਕੀ ਨਾਮ ਜੀ? ਮੇਰਾ ਕ੍ਰਿਸ਼ਨ ਕਾਂਤ ਆ। ਕਿਹੜਾ ਮਹੱਲਾ ਹੈ? ਧੋਬੀਘਾਟ ਜੀ, ਸ਼ਕਤੀ ਨਗਰ 4 ਨੰਬਰ ਗਲੀ। ਸਮੱਸਿਆ ਭਾਜੀ, 5 ਸਾਲ ਤੋਂ ਪਾਣੀ ਗੰਦਾ ਹੀ ਆ ਰਿਹਾ ਆ, ਇੱਦਾਂ ਦਾ ਪਾਣੀ ਸਾਨੂੰ ਮਿਲਦਾ ਪਿਆ ਆ। ਅਸੀਂ ਬਹੁਤ ਵਾਰੀ ਜਾ ਕੇ ਕਮੇਟੀ 'ਚ ਕਿਹਾ ਆ, ਕੋਈ ਨਹੀਂ ਹਜੇ ਸੁਣਾਈ ਕਰਦਾ, ਨਾ ਕੁਛ ਕਰਦੇ ਪਏ ਆ। ਪਰ ਪ੍ਰਸ਼ਾਸਨ ਵੱਲੋਂ ਕੱਲ੍ਹ ਇੱਕ ਰੈਸਟੋਰੈਂਟ ਆਇਆ ਕਿ ਪਾਣੀ ਹਜੇ ਕੋਈ ਨਹੀਂ, ਸਵੇਰੇ ਅਸੀਂ ਭਰਿਆ ਸੀ, ਮੇਨ ਪਾਣੀ ਆਉਂਦਾ ਸੀ, ਮੈਂ ਸੁੰਘ ਕੇ ਦੇਖਿਆ ਉਹ 'ਚ ਸਮੈਲ ਆਉਂਦੀ ਪਈ ਸੀ ਪਾਣੀ ਦੇ ਵਿੱਚੋਂ। ਹਾਂਜੀ, 4 ਸਾਲਾਂ ਤੋਂ ਤੁਸੀਂ ਕੰਪਲੇਂਟ ਵੀ ਕੀਤੀ ਹੈ ਜੀ? ਬਹੁਤ ਵਾਰੀ ਗਏ ਕਮੇਟੀ 'ਚ ਜਾ ਕੇ, ਕਹਿੰਦੇ ਆ ਕੋਈ ਸੁਣਾਈ ਨਹੀਂ ਕਰਦੇ ਆ, ਬਸ ਆਉਂਦੇ ਆ ਦੇਖ ਕੇ ਚੱਲ ਜਾਂਦੇ ਆ ਅਤੇ ਸਿੰਪਲ ਲੈ ਜਾਂਦੇ ਆ, ਕੋਈ ਨਹੀਂ ਕਾਰਵਾਈ ਕਰਦਾ ਪਿਆ, ਨਾ ਦੇਖਦਾ ਪਿਆ ਆ ਕੇ। ਆ ਹੁਣ ਪਾਈਪਾਂ ਵੀ ਨਵੀਆਂ ਚੇਂਜ ਕੀਤੀਆਂ, ਪਾਣੀ ਫੇਰ ਉੱਦਾਂ ਦਾ ਹੀ ਆ ਰਿਹਾ ਆ, ਇਹਦੇ ਬਾਰੇ ਹੁਣ ਕਾਰਵਾਈ ਕੀਤੀ ਜਾਵੇ ਬਸ। ਸੁਮਨ ਆ, ਅਸੀਂ ਧੋਬੀਘਾਟ ਤੋਂ 4 ਨੰਬਰ ਗਲੀ 'ਚ ਬੋਲਦੇ ਪਏ ਹਾਂ। ਸਾਡੇ 4 ਸਾਲ ਤੋਂ ਪਾਣੀ ਇੱਥੇ ਗੰਦਾ ਆ ਰਿਹਾ ਆ ਅਤੇ ਕੁਛ ਵੀ ਇਹ ਕਰਦੇ ਨਹੀਂ ਪਏ, ਕਾਫੀ ਵਾਰੀ ਅਸੀਂ ਕੰਪਲੇਂਟ ਕੀਤੀ ਆ। ਅਤੇ ਨਹੀਂ ਗੰਦਾ ਤਾਂ ਨਹੀਂ, ਕਿਸੇ ਟਾਈਮ ਸਾਫ਼ ਵੀ ਆਉਂਦਾ, ਵਿੱਚ ਵਿੱਚ ਗੰਦਾ ਵੀ ਆਉਂਦਾ ਆ, ਕਦੀ ਟੈਂਕਰ ਵੀ ਆਉਂਦਾ ਆ, ਬਾਹਰੋਂ ਵੀ ਲਿਆਈਦਾ ਪਾਣੀ, ਕਮੇਟੀ 'ਚੋਂ ਲਿਆਈਦਾ ਪੀਣ ਨੂੰ ਪਾਣੀ। ਹਾਂਜੀ, ਅਤੇ ਟੈਂਕਰ ਵੀ ਵੈਸੇ ਆਉਂਦੇ ਆ, ਇੱਕ ਦੋ ਦਿਨ ਆਉਂਦੇ ਆ, ਜਦੋਂ ਕਹਿ ਦਿਓ ਉਦੋਂ ਭੇਜ ਦਿੰਦੇ ਆ, ਨਹੀਂ ਤਾਂ ਨਹੀਂ ਭੇਜਦੇ। ਕੀ ਮੰਗ ਕਰਦੇ ਪ੍ਰਸ਼ਾਸਨ? ਸਾਡਾ ਪਾਣੀ ਸਾਫ਼ ਕੀਤਾ ਜਾਵੇ ਬਸ, ਸਾਫ਼। ਹਾਂਜੀ, ਮੇਰਾ ਨਾਮ ਸੀਮਾ। 5 ਸਾਲ ਹੋ ਗਏ, 5 ਸਾਲ ਤੋਂ ਪਾਣੀ ਗੰਦਾ ਹੀ ਆ ਰਿਹਾ ਹੈ। ਕਿੰਨੀ ਵਾਰ ਕੰਪਲੇਂਟ ਵੀ ਦਿੱਤੀ ਕਮੇਟੀ ਜਾ ਕੇ, ਅਸੀਂ ਕੋਈ ਨਹੀਂ ਕਾਰਵਾਈ ਕਰ ਰਹੇ ਹੈ ਅਤੇ ਉਹਦਾ ਪ੍ਰਸ਼ਾਸਨ ਕਹਿ ਰਹੇ ਅਸੀਂ ਕਰ ਰਹੇ ਹਾਂ, ਕਾਫੀ ਟਾਈਮ ਹੋ ਗਿਆ ਸਾਨੂੰ ਜਾਂਦੇ ਨੂੰ ਵੀ ਕੋਈ ਕਾਰਵਾਈ ਨਹੀਂ ਕਰ ਰਹੇ ਹੈ। ਕਿੰਨੇ ਤਾਂ ਬਿਮਾਰ ਪਏ, ਇਨਫੈਕਸ਼ਨ ਹੋ ਰਹੀ ਹੈਗੀ ਅਤੇ ਅਸੀਂ ਇਹੀ ਮੰਗ ਕਰਦੇ ਕਿ ਕਾਰਵਾਈ ਕੀਤੀ ਜਾਵੇ। ਨਾਮ ਲਕਸ਼ਮੀ ਆ, ਧੋਬੀਘਾਟ ਸ਼ਕਤੀ ਨਗਰ। ਪਾਣੀ ਬਹੁਤ ਜ਼ਿਆਦਾ ਗੰਦਾ ਆ ਰਿਹਾ, ਸੀਵਰੇਜ ਦੇ ਵਿੱਚ ਮਿਕਸ ਹੋ ਕੇ ਆ ਰਿਹਾ ਵਾ। ਨਿਆਣੇ ਸਿਆਣੇ ਸਭ ਨਾਲ ਹੀ ਪ੍ਰੋਬਲਮ ਆ, ਪੇਟ ਖਰਾਬ ਆ, ਬੋਡੀ 'ਤੇ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਰਹੀ ਆ ਅਤੇ ਸਾਡੀ ਸੁਣਵਾਈ ਨਹੀਂ ਹੋ ਰਹੀ। ਬਹੁਤ ਵਾਰੀ ਕੀਤੀ, 5 ਸਾਲ ਹੋ ਗਏ ਆ, ਪਰਸੋਂ ਵੀ ਗਏ ਹਾਂ ਅਸੀਂ।
ਆ ਤੁਹਾਡੇ ਸਾਹਮਣੇ ਹੀ ਆ, ਦੇਖ ਲਓ ਤੁਹਾਡੇ ਸਾਹਮਣੇ ਹੀ ਆ, ਜਿਹੜੇ ਵੀ ਆ ਰਹੇ ਇਸਤੇ ਕਹਿੰਦੇ ਤੁਸੀਂ ਪੀ ਕੇ ਦੇਖੋ, ਤੁਹਾਨੂੰ ਪਤਾ ਲੱਗ ਜਾਊਗਾ। ਸਾਰ ਦੇ ਟੈਂਕਰ ਭੇਜਦੇ, ਟੈਂਕਰ ਨਾਲ ਵੀ ਕੋਈ ਪ੍ਰੋਬਲਮ ਸੋਲਵ ਨਹੀਂ ਹੋ ਰਹੀ, ਗੰਦਾ ਪਾਣੀ ਆ ਰਿਹਾ ਉੱਥੋਂ ਵੀ, ਬਾਜ਼ਾਰੋਂ ਲੈ ਕੇ ਪੀ ਰਹੇ ਹਾਂ ਅਸੀਂ। ਮੇਰਾ ਨਾਮ ਵੰਦਨਾ ਹੈ ਅਤੇ ਮੈਂ 6ਵੀਂ ਕਲਾਸ ਵਿੱਚ ਪੜ੍ਹਦੀ ਹਾਂ। 5 ਸਾਲ ਹੋ ਗਏ ਸਾਡੀ ਗਲੀ ਵਿੱਚ ਬਹੁਤ ਜ਼ਿਆਦਾ ਗੰਦਾ ਪਾਣੀ ਆ ਰਿਹਾ ਆ, ਅਤੇ ਨਾ ਜਿਹੜੇ ਉਹ ਕਮੇਟੀ ਵਾਲੇ ਆਉਂਦੇ ਆ ਤਾਂ ਉਹ ਗਟਰ ਖੋਲ੍ਹ ਕੇ ਚੱਲ ਜਾਂਦੇ ਆ, ਫਿਰ ਕੋਈ ਸਫਾਈ ਵੀ ਨਹੀਂ ਕਰਕੇ ਜਾਂਦੇ, ਫਿਰ ਸਾਨੂੰ ਸਮੈਲ ਚੜ੍ਹਦੀ ਆ। ਦੇਖ ਲਓ ਮੇਰੀ ਪੂਰੀ ਬੋਡੀ 'ਤੇ ਪਾਣੀ ਦੇ ਨਾਲ ਇਨਫੈਕਸ਼ਨ ਹੋ ਚੁੱਕੀ ਆ। ਮੈਂ ਆਪ ਖੁਦ 2 ਹਫ਼ਤੇ ਵਿੱਚ 2 ਦਿਨ ਕਰਵਾ ਕੇ ਆਉਂਦੀ ਆਪਣਾ ਟ੍ਰੀਟਮੈਂਟ, ਅੱਜ ਵੀ ਜਾਣਾ ਹੈ ਮੈਂ, ਤੁਸੀਂ ਮੇਰੀ ਰਿਪੋਰਟ ਦੇਖ ਸਕਦੇ ਆ। ਤਾਂ ਉਹ ਕਮੇਟੀ ਵਾਲੇ ਜੇ ਅਸੀਂ ਕਹਿੰਦੇ ਆ ਕਿ ਉਹ ਆਉਂਦੇ ਵੀ ਆ ਨਾ ਤਾਂ ਸਾਰੀ ਗਲੀਆਂ ਪੱਟ ਕੇ ਤਾਂ ਚੱਲ ਜਾਂਦੇ ਆ, ਅਤੇ ਹੁਣ ਅਸੀਂ ਇਹ 'ਚ ਕੀ ਕਰੀਏ ਦੱਸੋ? ਉਹ ਪਾਣੀ ਇੰਨਾ ਕਿਉਂ ਗੰਦਾ ਆ ਰਿਹਾ ਸਾਨੂੰ ਇਹੀ ਕਿਉਂ ਨਹੀਂ ਪਤਾ ਲੱਗਦਾ ਪਿਆ? 5 ਸਾਲ ਹੋ ਚੁੱਕੇ ਆ, ਬਹੁਤ ਜ਼ਿਆਦਾ ਗੰਦਾ ਆ ਰਿਹਾ, ਇੰਨਾ ਗੰਦਾ ਕਿ ਸਾਡੇ ਕੋਲ ਸਮੈਲ ਵੀ ਨਹੀਂ ਹੋ ਰਿਹਾ ਉਹ ਪਾਣੀ। ਅਸੀਂ ਰੋਜ਼ ਮਾਰਕੀਟ ਤੋਂ ਇੱਕ ਬੋਟਲ ਲਿਆਉਂਦੇ, ਤੁਸੀਂ ਦੇਖ ਸਕਦੇ ਆ, ਉਹ ਦੇਖੋ ਪਾਣੀ ਦੀ ਬੋਟਲ ਪਈ ਆ, ਅਸੀਂ ਰੋਜ਼ ਮਾਰਕੀਟ ਤੋਂ ਲਿਆਉਂਦੇ ਹਾਂ। ਤਾਂ ਫਿਰ ਹੁਣ ਦੇਖੋ ਜੇ ਇਹਨਾਂ ਨੇ ਪਾਣੀ ਨਹੀਂ ਸਹੀ ਕੀਤਾ ਤਾਂ ਸਾਡੀ ਗਲੀ ਵਾਲੇ ਸਿਰਫ ਇੱਕੋ ਆਪਸ਼ਨ ਰੱਖਦੇ ਆ, ਅਸੀਂ ਆਹ ਸਾਰਾ ਰੋਡ ਬੰਦ ਕਰ ਦੇਣਾ ਹੈ ਅਤੇ ਕਿਸੇ ਨੂੰ ਲੰਘਣ ਵੀ ਨਹੀਂ ਦੇਣਾ ਹੈ। ਹਾਂਜੀ, ਉਹਦੇ ਨਾਲ ਵੀ ਹੋਏ ਪਾਣੀ ਪੀਣ ਨਾਲ ਵੀ ਇਨਫੈਕਸ਼ਨ ਹੋ ਰਹੀ ਹੈ ਮੈਨੂੰ। ਤਾਂ ਹੁਣ ਤੁਸੀਂ ਦੇਖ ਸਕਦੇ, ਹੁਣ ਮੈਨੂੰ ਇਹ ਦੱਸੋ ਕਿ ਤੁਸੀਂ ਕਦੋਂ ਠੀਕ ਕਰਨਾ ਹੈ, ਤਾਂ ਸਾਨੂੰ ਟਾਈਮ ਦੱਸੋ ਕਿੰਨੀ ਟਾਈਮ ਤੱਕ ਤੁਸੀਂ ਠੀਕ ਕਰ ਸਕਦੇ ਆ। ਜੇ ਅਸੀਂ ਹੁਣ ਡੀ ਸੀ ਮੈਮ ਨੂੰ ਕਹਿੰਦੇ ਆ ਕਿ ਇਹ ਸਹੀ ਕਰ ਦਿਓ ਪਲੀਜ਼, ਸਾਡੀ ਮੇਰੀ ਬਹੁਤ ਜ਼ਿਆਦਾ ਰਿਕੁਐਸਟ ਆ ਕਿ ਫਿਰ ਜੇ ਸਕੂਲੇ ਜਾ ਕੇ, ਫਿਰ ਸਕੂਲੇ ਵੀ ਦੇਖੋ ਜੇ ਮੈਨੂੰ ਇਨਫੈਕਸ਼ਨ ਹੋ ਰਹੀ ਹੈ, ਜੇ ਮੈਂ ਸਕੂਲੇ ਜਾ ਕੇ ਕਿਸੇ ਹੋਰ ਨਾਲ ਬੈਠੂੰਗੀ ਉਹਨੂੰ ਵੀ ਇਨਫੈਕਸ਼ਨ ਹੋ ਸਕਦੀ ਹੈ, ਹੈ ਨਾ। ਤਾਂ ਹੁਣ ਡੀ ਸੀ ਮੈਮ, ਹਾਂਜੀ ਹਾਂਜੀ, ਬਹੁਤ ਜ਼ਿਆਦਾ ਇੰਨੇ ਇੰਨੇ ਬੱਚੇ ਆ ਉਹਨਾਂ ਨੂੰ ਵੀ ਇਨਫੈਕਟ ਹੋ ਰਿਹਾ, ਉਹ ਬਿਮਾਰ ਹੋ ਰਹੇ ਆ, ਕਿੰਨੇ ਬੱਚੇ ਬਿਮਾਰ ਹੋ ਗਏ ਆ। ਹੈਗੇ ਸਾਡੀ ਗਲੀ 'ਚ ਇੱਕ ਭਈਆ, ਉਹ ਵੀ ਬਿਮਾਰ ਸੀ, ਬਹੁਤ ਦਿਨ ਤੋਂ ਹੋਸਪਿਟਲ 'ਚ ਸੀਗੇ, 5 ਦਿਨ ਹੋ ਗਏ ਉਹਨਾਂ ਨੂੰ ਹੋਸਪਿਟਲ ਉਹਨਾਂ ਨੂੰ, ਅਤੇ ਉਹ ਹੁਣ ਜੇ ਇਹਨਾਂ ਨੇ ਨਹੀਂ ਠੀਕ ਕੀਤਾ ਤਾਂ ਅਸੀਂ ਰੋਡ ਬੰਦ ਕਰ ਦੇਣਾ। ਅਸੀਂ 350 ਦੀ ਰੋਜ਼ ਡੇਲੀ ਬੋਟਲ ਲਿਆਉਂਦੇ ਹਾਂ, ਤਾਂ ਹੁਣ ਫਿਰ ਅਸੀਂ ਰੋਜ਼ ਡੇਲੀ ਲਿਆਉਂਦੇ ਹਾਂ, ਤਾਂ ਹੁਣ ਤੁਸੀਂ ਦੇਖ ਲਓ ਪਾਣੀ ਸਹੀ ਕਰ ਦਿਓ ਪਲੀਜ਼। ਡੀ ਸੀ ਮੈਮ ਨੂੰ ਮੇਰੀ ਬਹੁਤ ਜ਼ਿਆਦਾ ਰਿਕੁਐਸਟ ਆ। ਹਾਂਜੀ ਠੀਕ, ਓਕੇ। ਹਮਾਰੇ ਕੋਚਿੰਗ ਇੰਸਟੀਟਿਊਟ ਮੇਂ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਜਾਂ ਕੋਚਿੰਗ ਲੈਣੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋਂ ਹਮਾਰੇ ਸਾਥ ਐਡਮਿਸ਼ਨ ਲੈਣੇ ਪੇ ਬਚ ਸਕਤਾ ਹੈ।